ਬਾਦ ਆਂਦਾ ਪਿਆ ਮੈਂ 5 ਸਾਲ ਵੀ ਲਾ ਦੇਵਾਂ ਨਾ ਜੀ ਤੇ ਮੈਂ ਤੁਹਾਡੇ ਸਾਰੇ ਬਿਰਾਵਾਂ ਨਾਲ ਨਾਂ ਦਾ ਤਾਰਫ ਪੈਦਾ ਨਹੀਂ ਕਰ ਸਕਦਾ ਜਿਹੜੇ ਇੱਥੇ ਖੜੇ ਜੀ ਮੈਨੂੰ ਨਾਂ ਨਾਲ ਤਾਰਫ ਨਹੀਂ ਹੋਣਾ ਲੱਖਾਂ ਦੀ ਤਾਦਾਦ ਵਿੱਚ ਵੋਟ ਪਾਉਂਦਾ ਜੀ ਕਿਵੇਂ ਮੁਮਕਿਨ ਹੈ ਗਿਆ ਇੱਕੋ ਹੀ ਤਰੀਕੇ ਨਾਲ ਹੈ ਗਿਆ ਕਿ ਬੁਨਿਆਦੀ ਮਾਮਲਾਤ ਵਾਸਤੇ ਖੜਾ ਹੋ ਜਾਵਾਂ ਜੇ ਉਸ ਤੋਂ ਬਾਅਦ ਕਿਸੇ ਬੰਦੇ ਨੂੰ ਮੁਸ਼ਕਿਲ ਪੈਦਾ ਹੋਵੇ ਉਹ ਆਵੇ ਇੱਕ 6 ਮਹੀਨੇ ਅੱਲਾ ਦੀ ਜ਼ਾਤ ਇੱਜ਼ਤ ਦੇਵੇ ਤੁਹਾਡੀ ਮਿਹਰਬਾਨੀ ਨਾਲ ਇੱਕ 6 ਮਹੀਨੇ ਮੈਨੂੰ ਚੰਗੇ ਲਾਣੇ ਪਵੇ ਜੀ 6 ਮਹੀਨੇ ਬਾਅਦ ਇਨਸ਼ਾਅੱਲਾ ਤੁਸੀਂ ਆਹ ਪਾਕ ਸੋ ਵੀ ਕੰਮ ਉਂਝ ਮੋਕਦੇ ਨੇ ਕੰਮ ਹਾਲ ਜੀ ਛੱਡ ਦਿਓ ਬਾਕੀ ਰੋਲੇ ਆਸਾਨ ਮਾਮਲਾਤ ਜਿਹੜੇ ਨੇਗੇ ਦੋ ਗੱਲਾਂ ਤੁਹਾਡੇ ਬਾਈਆਂ ਨਾਲ ਕਰਨੀਆਂ ਨੇ ਕਿ ਇੱਕ ਜ਼ਾਤੀ ਅਸੀਅਤ ਤੇ ਇੱਕ ਇਜਤਮਾਈ ਮਾਮਲੇ ਜ਼ਾਤੀ ਅਸੀਅਤ ਤੇ ਤੁਹਾਨੂੰ ਦੱਸ ਦਿੱਤਾ ਤੁਹਾਡਾ ਬੱਚਾ ਵੀ ਆਵੇ ਥੋੜਾ ਮਨ ਨਾਲ ਤੇ ਨਾਲ ਲਵੇ ਸਾਡਾ ਕੰਮ ਹੈ ਤਲਜੀਮ ਕਰਨਾ ਕਿਉਂਕਿ ਤੁਸੀਂ ਸਾਡੀ ਇੱਜ਼ਤ ਕੀਤੀ ਦੂਸਰੀ ਗੱਲ ਜਿਹੜੇ ਬੁਨਿਆਦੀ ਮਸਲੇ ਸਾਨੂੰ ਘਰ ਚ ਪੈਦਾ ਹੁੰਦੇ ਨੇਗੇ ਮੇਰੇ ਬਾਈਓ ਮੈਂ ਇੱਕ ਐਲਾਨ ਕੀਤਾ ਗਿਆ ਇੱਥੇ ਵੀ ਕਰਸਾਂ ਗਿਆ ਸਿਰਫ ਉੱਥੇ ਕਰਦਾ ਪਿਆ ਐਲਾਨ ਜਿੱਥੇ ਕਿਸੇ ਨੇ ਉਸ ਚੀਜ਼ ਦੀ ਸਮਝ ਹੈਗੀ ਮੇਰੇ ਕੋਲ ਬੱਚੇ ਜੀ ਰੱਬ ਨੇ 2 ਬੱਚੇ ਦਿੱਤੇ ਨੇਗੇ ਮੈਂ ਆਪਣੇ ਬੱਚੇ ਨੂੰ ਗੌਰਮੈਂਟ ਪ੍ਰਾਇਮਰੀ ਸਕੂਲ ਚ ਖਾਨ ਮੁਹੰਮਦ ਦੇ ਦਾਖਲ ਕਰਾਸਾਂ ਬੱਚਾ ਪੁੱਛ ਲਓ ਮੇਰੇ ਤੋਂ ਜਦੋਂ ਤੱਕ ਮੇਰਾ ਬੱਚਾ ਤੁਹਾਡੇ ਬੱਚਿਆਂ ਦੇ ਨਾਲ ਨਹੀਂ ਨਾ ਪੜ੍ਹਨਾ ਜੀ ਮੇਰਾ ਬੱਚਾ ਐਚਐਸਐਨ ਵਿੱਚ ਪੜ੍ਹੇ ਤੁਹਾਡੇ ਬੱਚੇ ਗੌਰਮੈਂਟ ਪ੍ਰਾਇਮਰੀ ਸਕੂਲ ਵਿੱਚ ਪੜ੍ਹੇ ਉਦੋਂ ਤੱਕ ਮੇਰੇ ਤੁਹਾਡੇ ਦਰਮਿਆਨ ਫਰਕ ਖਤਮ ਨਹੀਂ ਹੋ ਸਕਦਾ ਉਦੋਂ ਤੱਕ ਬਰਾਬਰ ਨਹੀਂ ਹੋ ਦੂਸਰੀ ਗੱਲ ਇਸ ਗੱਲ ਦਾ ਅੰਦਾਜ਼ਾ ਕਰੋ ਵੀ ਜਿਹੜਾ ਬੰਦਾ ਕੌਮੀ ਅਸੈਂਬਲੀ ਦਾ ਮੈਂਬਰ ਹੋਵੇ ਵਜ਼ੀਰ ਆਜ਼ਮ ਪਾਕਿਸਤਾਨ ਤੱਕ ਉਹਦੀ ਅਪਰੋਚ ਹੋਵੇ ਉਹ ਬੰਦੇ ਕੋਲ ਉਹਦਾ ਬੱਚਾ ਗੌਰਮੈਂਟ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਵੇ ਤੋ ਗੌਰਮੈਂਟ ਪ੍ਰਾਇਮਰੀ ਸਕੂਲ ਵਿੱਚ ਬਲੱਡ ਚਿੜੀ ਵੀ ਫੜਕਣ ਦੇ ਸੀ ਨਹੀਂ ਫੜਕਣ ਦੇਣੀ ਬਾਈ ਕਿਸੇ ਮੇਰੇ ਬੱਚੇ ਦਾ ਮੁਸਤਕਬਲ ਤੁਹਾਡੇ ਬੱਚਿਆਂ ਦੇ ਨਾਲ ਹੋਣਾ ਹੈ ਇਹ ਪੂਰੇ ਹਲਕੇ ਨਾਲ ਆਵਾਜ਼ ਹੈ ਇਹ ਚੌਧਰੀਆਂ ਨਾਲ ਗੱਲਾਂ ਨਹੀਂ ਜਿੰਨਾ ਕੋਲ ਅੱਲਾ ਵਾਧੂ ਦਿੱਤੇ ਨੇ ਮਾਲਾ ਨੂੰ ਇੰਗਲੈਂਡ ਪੜਾ ਮੈਨੂੰ ਉਹਨਾਂ ਦੇ ਨਾਲ ਆਪਣਾ ਜੋੜ ਨਹੀਂ ਹੈ ਬੱਚੇ ਪੜਾਸਾ ਤੁਹਾਡੇ ਆਪਦੇ ਬੱਚੇ ਦੇ ਨਾਲ ਆਪਦੇ ਬੱਚੇ ਨੂੰ ਪੜਾਸਾ ਤੁਹਾਡੇ ਬੱਚਿਆਂ ਦੇ ਨਾਲ ਤਾਂ ਮਤਲਬ ਜਿਹੜੇ ਕੰਮ ਕਰਨ ਵਾਲੇ ਨੇ ਅੱਲਾ ਮਾਫੀ ਦੇ ਡਾਂਗ ਸੁੱਟੇ ਵਾਲਾ ਕੋਈ ਰੋਲਾ ਵੀ ਨਹੀਂ ਗਿਆ ਜਿੱਥੇ ਆਖ ਤੋਂ ਜਦੋਂ ਵਕਤ ਤੁਹਾਡਾ ਦਿਲ ਹੋਇਆ ਨਾ ਵੀ ਚਲਾ ਦੇ ਵਿੱਚ ਚਲਾ ਦੀ ਸਹੀ